ਭਾਰਤੀ ਚੋਣ ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ 1,85,00,000 ਦੇ ਕਰੀਬ ਵੋਟਰ ਪਹਿਲੀ ਵਾਰ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕਰਨਗੇ। ਇਸ ਮੁਹਿੰਮ ਨੂੰ ਵੱਖ ਵੱਖ ਖੇਤਰ ਦੀਆਂ ਸ਼ਖਸੀਅਤਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਮੋਹਾਲੀ ਦੇ ਪਦਮ ਸ਼੍ਰੀ ਪ੍ਰੇਮ ਸਿੰਘ ਨੇ ਵੀ ਮੇਰਾ ਪਹਿਲਾ ਵੋਟ ਮੇਰੇ ਦੇਸ਼ ਕੇ ਲਈ ਮੁਹਿੰਮ ਨੂੰ ਪੂਰਾ ਸਮਰਥਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਨੌਜਵਾਨ ਲੋਕ ਰਾਜ ਦੇ ਰਖਵਾਲੇ ਨੇ ਅਤੇ ਉਹਨਾਂ ਨੂੰ ਚੋਣ ਅਮਲ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਉਹਨਾਂ ਨੇ ਨਵੇਂ ਵੋਟਰਾਂ ਨੂੰ ਖਾਸ ਤੌਰ 'ਤੇ ਚੋਣ ਅਮਲ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਜੋ ਫਸਟ ਟਾਈਮ ਵੋਟਰ ਨੌਜਵਾਨ ਹਨ, ਉਹ ਆਪਣੀ ਵੋਟ ਦਾ ਜ਼ਰੂਰ ਹੀ ਹੱਕ ਆਪਣਾ ਇਸਤੇਮਾਲ ਕਰਨਾ, ਤਾਂ ਕਿ ਤੁਸੀਂ ਆਪਣੀ ਮਰਜ਼ੀ ਨਾਲ ਆਪਣਾ ਨੇਤਾ ਚੁਣ ਸਕੋ ਅਤੇ ਆਪਣਾ, ਕਿਉਂਕਿ ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਉਹ ਆਪਣੀ ਆਵਾਜ਼ ਉਹਨਾਂ ਲੀਡਰਾਂ ਦੁਆਰਾ ਗਵਰਨਮੈਂਟ ਨੂੰ ਦੱਸ ਸਕਦੇ ਹਾਂ।